अल्लाह की रहमत दे नाल जो मेरे जज्बात है जो मैं करना चाहुंदा अपनी कौम वास्ते अपने भैन भरावां वास्ते अपने मल्लेदारां वास्ते इंशाल्लाह मैं जितांगा ते मैं जिहड़ा वादा कीता आ ये मैं दूसरे कैंडीडेटां तरह नहीं मैं गल्लां करनियां मैं इंज कर देंगा मैं उंज कर देंगा मैं जिहड़ा काम कहना ਉਹ ਅੱਲਾ ਦੀ ਮਿਹਰਬਾਨੀ ਦੇ ਨਾਲ ਉਹ ਕੰਮ ਪੱਥਰ ਤੇ ਲੀਕ ਆ ਪੱਕਾ ਕੰਮ ਹੋਏਗਾ ਔਰ ਸਾਡੇ ਨਾਲ ਮਹੱਲੇਦਾਰ ਵੀ ਨੇ ਅਸੀਂ ਉਹਨਾਂ ਕੋਲ ਪੁੱਛਾਂਗੇ ਕਿ ਇਹਨਾਂ ਦਾ ਕੈਸਾ ਰਵੱਈਆ ਇਹਨਾਂ ਦੇ ਨਾਲ ਜੀ ਅਸਲਾਮ ਅਲੈਕੁਮ ਸ਼ਬੀਰ ਸਾਹਿਬ ਵਾਲੇਕੁਮ ਅਸਲਾਮ ਸਰ ਨਵੇਂ ਕੈਂਡੀਡੇਟ ਇਲਾਕੇ 'ਚ ਖੜੇ ਹੋ ਰਹੇ ਨੇ ਨਵੇਂ ਨਹੀਂ ਕਾਫੀ ਪੁਰਾਣੇ ਨੇ 9 ਵਾਰੀ ਹਾਰ ਕੇ 10ਵੀਂ ਵਾਰੀ ਆ ਗਏ ਬੰਦਾ ਕਹਿੰਦੇ ਹੁੰਦੇ ਵੀ ਡਿੱਗ ਡਗਾ ਕੇ ਜਵਾਨ ਹੁੰਦਾ ਆ ਮੈਂ 9 ਦਫਾ ਇਲੈਕਸ਼ਨ ਤੇ ਖਲੋਤਾ ਆ ਇਹ ਬੰਦੇ ਨੇ ਮੈਨੂੰ 9 ਦਫਾ ਹੀ ਹਰਾਇਆ ਯਾਨੀ ਇਹ ਤੁਹਾਡੇ ਮੁਖਾਲਫੀਨ ਨੇ ਵੱਲਾ ਆਲਮ ਇਹ ਕਿਹੜੀ ਕਸਮ ਖਾਂਦਾ ਆ ਕਿਹੜਾ ਇਹਨੇ ਨਵਾਂ ਪੀਰ ਪਾ ਲਿਆ ਕਿਹੜਾ ਇਹਨੇ ਇਹਦੀ ਕਸਮ ਤੇ ਯਕੀਨ ਕਰ ਜਾਂਦੇ ਅਸਲ ਦੇ ਵਿੱਚ ਇਹ ਬੰਦਾ ਗਿਆ ਵੇਖ ਜੀ ਜੀ ਇਹਨੂੰ ਉਹਨਾਂ ਪਿਛਲੀ ਵਾਰੀ ਜਲਾਲ ਨਹੀਂ ਸੀ ਜਲਾਲ ਜਿਹੜਾ ਖਲੋਤਾ ਲੈ ਕੇ ਜਲਾਲ ਸਾਹਿਬ ਜਿਹੜੇ ਦੂਸਰੇ ਉਹਨੇ ਇਹਨੂੰ ਕਿਤੇ 2 ਮੰਜੀਆਂ ਲੈਤੀਆਂ ਇਹਦਾ ਪੰਪ ਠੀਕ ਕਰਵਾਤਾ ਆ ਇਹਨੇ ਦੇ ਵਿੱਚ ਇਹ ਰਾਜ਼ੀ ਹੋ ਗਿਆ ਮੈਂ ਜਦੋਂ ਜਿੱਤਿਆ ਹੀ ਨਹੀਂ ਜਦੋਂ ਮੈਂ ਹਜੇ ਮੇਰੀ ਹਕੂਮਤ ਹੀ ਨਹੀਂ ਆਈ ਮੈਂ ਇਹਨੂੰ ਇਹਦਾ ਦੱਸੋ ਇਹਦਾ ਕੰਮ ਕਿੱਦਾਂ ਕਰਵਾ ਦਵਾਂ ਅੱਛਾ ਤੁਸੀਂ 9 ਸਾਲ ਔਰ ਇਹਦੇ ਕੰਮ ਜਿਹੜੇ ਆ ਨਾ ਉਹ ਇਲੈਕਸ਼ਨ ਤੋਂ ਹਟ ਗਏ ਆ ਕੀ ਹੁਣ ਇਹਦੀ ਮੰਜੀ ਟੁੱਟੀ ਆ ਇਹ ਮੇਰਾ ਕੰਮ ਆ ਇਹ ਇਤਿਆਦ ਕਰੇ ਬਿਲਕੁਲ ਇਹਨੂੰ ਜੇ ਪਤਾ ਵੀ ਬਾਈਆਂ ਕਮਜ਼ੋਰ ਆ ਇਹ ਕਿਉਂ ਇੰਜ ਕਰਦਾ ਆ ਧੀਰ ਜਦੋਂ 13 ਬੱਚੇ ਲੈ ਕੇ ਮੰਜੀ ਤੇ ਸੌਣਾ ਭਾਜੀ ਮੰਜੀ ਤਾਂ ਟੁੱਟਣੀ ਆ ਉਹ ਬਿਲਕੁਲ ਠੀਕ ਫਿਰ ਇਹਦਾ ਕੰਮ ਵੇਖ ਲਓ ਜੀ ਇਹ ਬਿਜਲੀ ਖਰਾਬ ਹੋ ਗਈ ਆ ਯਾਰ ਉਹ ਤਾਂ ਬੰਦਾ ਲਿਆ 35 ਰੁਪਏ ਤੇ ਤਾਰ ਲਵਾ ਲਾ ਲੇਕਿਨ ਇਹ ਕਿ ਉਮੀਦਵਾਰ ਤੇ ਉਮੀਦ ਹੁੰਦੀ ਕਿ ਸਰ ਇਲੈਕਸ਼ਨ ਸਾਡੇ ਲੱਗ ਉਹ ਭਾਜੀ ਉਮੀਦ ਹੁੰਦੀ ਅਸੀਂ ਵੋਟਾਂ ਲੈਣੀਆਂ ਜੇ ਇਹਨੂੰ ਪਾਲਿਆ ਅਸੀਂ ਦੱਸ ਦੇ ਸਰ ਇਹੀ ਤਰੀਕਾ ਕਰ ਉਹ ਤਰੀਕਾ ਕਰ ਭਾਈ ਜਾਨ ਇਹ ਹੁੰਦਾ ਵੀ ਮੱਲੇ ਦੇ ਪੂਰੇ ਦੀ ਲਾਈਟ ਗਈ ਆ ਬੰਦਾ ਆ ਕੇ ਦੱਸੇ ਵੀ ਨਾਜ਼ਮ ਸਾਹਿਬ ਆ ਲਾਈਟ ਨਹੀਂ ਚੱਲਦੀ ਅਸੀਂ ਇਹ ਮੇਨ ਤਾਰ ਠੀਕ ਕਰਵਾ ਦਿੰਦੇ ਆ ਪੂਰੇ ਮੱਲੇ ਦੀ ਲਾਈਟ ਆ ਜਾਂਦੀ ਆ ਹੁਣ ਤੁਸੀਂ ਦੱਸੋ ਜੀ ਜੀ ਵੀ ਜਦੋਂ ਇੱਕ ਮੇਨ ਤਾਰ ਆ ਨਾਜ਼ਮ ਠੀਕ ਕਰਾਉਂਦਾ ਜੀ ਇਹਦਾ ਘਰ ਟੱਪ ਕੇ ਤਾਂ ਨਹੀਂ ਨਾ ਬੰਦ ਹੋਣੀ ਵੀ ਇਹਦਾ ਘਰ ਟੱਪ ਕੇ ਤੇ ਲਾਈਟ ਬੰਦ ਹੋ ਜਾਣੀ ਸਹੀ ਗੱਲ ਯਕੀਨ ਨਹੀਂ ਹੈ ਜੇ ਪੌੜੀ ਲੈ ਲੈਂਦੇ ਆ ਬਾਪ ਤਾਲੇ ਉੱਤੇ ਚੜੇ ਹੁੰਦੇ ਆ ਥੱਲੇ ਰੌਲਾ ਪਾ ਰਿਹਾ ਮੈਂ ਪੌੜੀ ਖਿੱਚਣਾ ਨਹੀਂ ਆ ਤਾਰਾਂ ਠੀਕ ਕਰਦੇ ਬੱਚੇ ਨਾਲ ਪੜ੍ਹਾਈ ਤਾਂ ਬਿਠਾ ਦੀ ਅੱਛਾ ਤੁਸੀਂ ਹਰ ਦਫਾ ਹਰਦੇ ਹੋ ਤੇ ਤੁਸੀਂ ਕਿਉਂ ਇਲੈਕਸ਼ਨ ਦੇ ਖੜੇ ਹੁੰਦੇ ਤੁਸੀਂ ਇਹ ਬੜਾ ਘਰੋੜ ਕੇ ਕਹਿੰਦੇ ਹਰ ਦਫਾ ਹਰਦੇ ਹੋ ਤੇਰੇ ਪੱਲੇੋਂ ਹਰਦਾ ਮੈਂ ਸਰ ਵੀ ਗੱਲ ਕਰਨ ਵਾਲੀ ਕਰੋ ਅਗੇ ਹਰਦੇ ਆ ਬਾਰ ਬਾਰ ਹਰਦੇ ਮੈਂ ਇਸ ਇਲਾਕੇ ਸਰਵੇ ਕੀਤਾ ਮੈਨੂੰ ਪਤਾ ਲੱਗਾ ਕਿ ਤੁਸੀਂ 8-9 ਦਫਾ ਸਰਵੇ ਤੂੰ ਇਹ ਕਿੱਦਾਂ ਜਾਣਨਾ ਤੂੰ ਇਹ ਘਰਾਂ 'ਚ ਅਖਬਾਰ ਸਿੱਟਦਾ ਵੀ ਸਾਈਕਲ ਦੇ ਵਿੱਚ ਤੂੰ ਅਖਬਾਰ ਸਿੱਟਦਾ ਜਾਣਨਾ ਤੈਨੂੰ ਕਿੱਦਾਂ ਪਤਾ ਹੈ ਮੈਂ ਤੈਨੂੰ ਵੇਖਿਆ ਹੀ ਅੱਜ ਆ ਮੈਂ ਇਹਨਾਂ ਨਾਲੋਂ ਚੰਗਾ ਰਹਿ ਗਿਆ ਕੀ ਜੀ ਮੈਂ ਜੇਬ 'ਚ ਪਾ ਲਿਆ ਵੋਟ ਵੋਟ ਕਾਸਟ ਕਰੀਦਾ ਤੁਸੀਂ ਇਹ ਦੱਸੋ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਕੋਈ ਮਸਲਾ ਹੈ ਇਲਾਕੇ ਦੇ ਵਿੱਚ ਨਹੀਂ ਮੇਰਾ ਬਸ ਫੇਸ਼ੀਅਲ ਕਰਾ ਦੇਣ ਮੈਨੂੰ ਇਹੀ ਮਸਲਾ ਫੇਸ਼ੀਅਲ ਇਹਦਾ ਫੇਸ਼ੀਅਲ ਇੰਜ ਹੋਣਾ ਜੀ ਇਹਦੀ ਧੌਣ ਲਾਉਣੀ ਪੈਣੀ ਤੁਸੀਂ ਇਹ ਦੱਸੋ ਕਿ ਤੁਸੀਂ ਵੋਟ ਇਹਨਾਂ ਨੂੰ ਪਾਇਆ ਸੀ ਵੋਟ ਮੈਂ ਇਹਨਾਂ ਨੂੰ ਕਿਉਂ ਪਾਵਾਂ ਉਹ ਹਰ ਵਾਰੀ ਮੀਟਿੰਗ ਮੇਰੇ ਘਰ ਰੱਖ ਲੈਂਦੇ ਆ ਉਹ 28,000 ਦਾ ਡਰਾਈ ਫਰੂਟ ਖਾ ਜਾਂਦੇ ਆ ਗੱਲ ਨਾ ਅਸੀਂ ਘਰ ਆ ਵੀ ਚੁੱਕ ਲੈਣਾ ਅਗਲਿਆਂ ਨੇ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਡਰਾਈ ਫਰੂਟ ਸਾਰੀ ਜ਼ਿੰਦਗੀ 35 ਦੀ 10 ਕਿਲੋ ਮੂਵਲੀ ਲਈ ਹੈ ਤੇ ਅੱਜ ਡਰਾਈ ਫਰੂਟ ਹੋ ਗਿਆ ਨਹੀਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਨਹੀਂ ਭਾਜੀ ਇਹਨੇ ਤੇ ਦੇਖੀਆਂ ਤੇ ਫੋਟੋ ਲਾਉਣ ਡਿਆ ਸੀ ਇਹ ਚੀਜ਼ਾਂ ਦੀ ਦੇਖੋ ਜੀ ਤੁਸੀਂ ਇਹ ਮੈਂ ਲਿਆ ਕੇ ਤੇ ਘਰ 'ਚ ਰੱਖੀਆਂ ਉਹ ਤੂੰ ਲੈ ਮੈਨੂੰ ਯਾਰ ਇਹ ਤੁਹਾਡੀ ਲਿਆ ਕੇ ਤੂੰ ਹੀ ਅੱਛਾ ਇਹ ਲੜਾਈ ਝਗੜਾ ਬਾਅਦ ਦੀ ਗੱਲ ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹਨਾਂ ਤੋਂ ਪ੍ਰੋਬਲਮ ਕੀ ਹੈ ਕੋਈ ਇੱਕ ਪ੍ਰੋਬਲਮ ਹੋਵੇ ਭਾਈ ਜਾਨ ਇੱਕ ਮੇਜਰ ਪ੍ਰੋਬਲਮ ਦੱਸੋ ਨਾ 36 ਪ੍ਰੋਬਲਮ ਹੈ ਸਾਡੀ ਦੇਖੋ ਪਹਿਲੋਂ ਮੀਟਰ ਸਾਡਾ ਲੱਗਾ ਸੀ ਗੈਸ ਦਾ ਪਹਿਲਾਂ ਤਾਂ ਮੀਟਰ ਨਹੀਂ ਸੀ ਲੱਗਦਾ ਜੀ ਜੀ ਜੇ ਲਵਾਇਆ ਇਹ ਕਿਸੇ ਨੂੰ ਕਹਿ ਕੇ ਇਹਨਾਂ ਨੂੰ ਖਬਰ ਤੱਕ ਨਹੀਂ ਆਈ ਅੱਛਾ ਅੱਛਾ ਪਿਛਲੇ ਮਹੀਨੇ ਸਾਡਾ ਬਿੱਲ 300 ਆਇਆ ਐਤਕੀ 2400 ਆਇਆ ਇਹ ਬੇਖਬਰਾ ਹੈਗਾ ਇਹਨੂੰ ਨਹੀਂ ਪਤਾ ਇਹ ਬਿੱਲ ਇਹਨਾਂ ਨੇ ਤਾਂ ਨਹੀਂ ਨਾ ਭੇਜਿਆ ਸਰ ਉਹ ਯਾਰ ਇਹ ਖਲੋਤਾ ਨਹੀਂ ਇਲੈਕਸ਼ਨ ਤੇ ਕਿੰਨਾ ਬਿੱਲ ਆਇਆ ਇਹਦਾ 2400 ਰੁਪਇਆ ਜੀ 2400 ਰੁਪਇਆ ਪਿਛਲਾ ਬਿੱਲ ਹੁਣ ਕਿੰਨਾ ਆਇਆ ਨਹੀਂ ਨਹੀਂ ਪਿਛਲਾ 300 ਸੀ ਐਤਕੀ 2400 ਆਇਆ ਐਤਕੀ 2400 ਰੁਪਏ ਕਿੰਨੇ ਬੰਦੇ ਆ ਤੁਸੀਂ ਅਸੀਂ ਮਾਸ਼ਾਅੱਲਾ ਪੂਰੀ ਫੈਮਿਲੀ ਆ ਜੁਆਇੰਟ ਪੂਰੀ ਫੈਮਿਲੀ ਵੀ 33-40 ਤੋਂ ਸ਼ੁਰੂ ਹੁੰਦੀ ਆ 33-40 ਭਾਜੀ ਗੱਲ ਨਹੀਂ ਸਮਝਦੇ ਹੈਗਾ ਵੀ ਹੀਟਰ ਇਕੱਲੇ ਬੰਦੇ ਦਾ ਤਾਂ ਕੰਮ ਹੀ ਨਹੀਂ ਕਰਦਾ 15 ਹੀਟਰ ਇਹਨਾਂ ਨੂੰ ਚਾਹੀਦੇ ਜਿੰਨੇ ਜੀ ਆ ਉਹ ਯਾਰ ਅਸੀਂ ਇਹਨਾਂ ਨੇ ਤੇ ਮੰਜੀ ਤੇ ਮੰਜੀ ਆ ਮੰਜੀ ਤੇ ਮੰਜੀ ਇੰਗਲੈਂਡ ਦਾ ਕਬਰਸਤਾਨ ਬਣਾਇਆ ਪਿਆ ਇਹਨਾਂ ਦੇ ਘਰ ਨੂੰ ਦੇਖੋ ਇਹ ਵੋਟ ਲੈਣ ਵਾਲੇ ਹਕਮ ਹੈ ਨਹੀਂ ਵੋਟ ਲੈਣਾ ਤੁਸੀਂ ਦੱਸੋ ਭਾਜੀ ਜੀ ਜੀ ਇਹ ਬੰਦੇ ਨੇ ਆਪਣੇ ਬੱਚੇ ਦੀ ਫੀਸ ਨਹੀਂ ਦਿੱਤੀ ਇਹ ਨਾਜ਼ਮ ਦਾ ਕਸੂਰ ਨੇ ਫੀਸ ਤੇ ਮਾਪੇ ਦਾ ਕੰਮ ਨਹੀਂ 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 ਸਾਡੇ ਬੱਚੇ ਨੰਗੀ ਪੈਰੀ ਫਿਰਦੇ ਨੇ ਜਨਾਬ ਤੇਰੇ ਨਸ ਨਸ ਮੈਂ ਕੰਮ ਕਰਾਂ ਮੈਂ ਨਾਜ਼ਮ ਆ ਯਾਰ ਤੁਸੀਂ ਖਿਦਮਤਗਾਰ ਐਸਾ ਤੁਸੀਂ ਕਿਹੜਾ ਮੱਲੇ ਚ ਕੰਮ ਕਰਦੇ ਹੋ ਕਿ ਤੁਹਾਡੇ ਇੰਨੇ ਖਿਲਾਫ ਨੇ ਦੇਖੋ ਮੈਨੂੰ ਇਹਨਾਂ ਨੇ ਆ ਕੇ ਕਿਹਾ ਜੀ ਮਸਜਿਦ ਦਾ ਮੱਲੇ ਦੇ